ਸਾਡੇ ਨਾਲ ਰਦੂ ਸਿੰਘ ਮਾਨਸਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਨਸਾ ਜੀ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ, ਕਿਉਂਕਿ ਅੱਜ ਦੋ ਪਾਸੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀ, ਇੱਕ ਪਾਸੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਤੇ ਦੂਸਰੇ ਪਾਸੇ ਉਗਰਾ? ਇਹ ਕੋਈ ਪਹਿਲੀ ਵਾਰ ਹੈ? ਇਹ ਤਾਂ ਦਿੱਲੀ 'ਚ ਵੀ ਦੋ ਰਹੇ ਨੇ, ਗ੍ਰਹਾਂ ਦੀ ਸਟੇਜ ਉੱਥੇ ਵੀ ਅੱਡ ਤੀ ਅਤੇ ਇੱਥੇ ਵੀ ਅੱਡ ਹੈ, ਠੀਕ ਹੈ ਨਾ ਗੱਲ। ਉਹ ਲੜਨ ਦੇ ਅੱਡੋ ਵੀ ਤਰੀਕੇ ਢੰਗ ਹੁੰਦਾ, ਜਿਹੜੀ ਲੀਡਰਸ਼ਿਪ ਕਿਹੜੇ ਢੰਗ ਨਾਲ ਲੜਨਾ ਚਾਹੁੰਦੀ ਹੈ, ਕਿਹੜਾ ਕਿਹੜੇ ਢੰਗ ਨਾਲ ਲੜਨਾ ਚਾਹੁੰਦੀ ਹੈ। ਪਹਿਲੀ ਤਾਂ ਇਹ ਹੈ ਵੀ ਪ੍ਰੈਸ ਦੀ ਅਤੇ ਕਿਸਾਨ ਲੀਡਰਾਂ ਦੀ, ਕਿਸਾਨਾਂ ਦੀ ਜਿੱਤ ਹੋਈ ਹੈ, ਆਪਾਂ ਚੰਡੀਗੜ੍ਹ 'ਚ ਅੰਦਰ ਆ ਗਏ, ਅਤੇ ਨਹੀਂ ਸਾਡੇ ਕੋਲ ਤੁਸੀਂ ਉੱਥੇ ਜਾਂਦੇ, ਅਸੀਂ ਧੱਕਾ ਮੁੱਕੀ ਕਰਦੇ, ਉਹ ਸਾਡੇ 'ਤੇ ਅਥਰੂ ਗੈਂ ਸਿੱਟਦੇ, ਵਿੱਚ ਤੁਹਾਡੇ ਅੱਖਾਂ 'ਚ ਪੈਂਦਾ ਸਾਡੀਆਂ 'ਚ ਪੈਂਦਾ, ਉਹ ਲਾਠੀ ਚਾਰਜ ਕਰਦੇ, ਕਈ ਥਾਂ ਪੱਤਰਕਾਰਾਂ 'ਤੇ ਵੀ ਪੈ ਜਾਂਦੀ, ਸਾਡੇ ਨਾਲ ਹੀ ਪੈ ਜਾਂਦੀਆਂ ਨੇਗੀਆਂ। ਪੱਤਰਕਾਰਾਂ ਦੀ ਵੱਡੀ ਕੁਰਬਾਨੀ ਹੁੰਦੀ ਹੈ ਸੰਘਰਸ਼ਾਂ ਦੇ ਵਿੱਚ, ਨਾਲ ਰਹਿੰਦੇ ਨੇ, ਲੀਡਰ ਤਾਂ ਰਹਿਣੇ ਰਹਿਣਾ, ਉਹ ਵਿੱਚ ਰਹਿੰਦੇ ਸਾਡੇ। ਇਸ ਕਰਕੇ ਮੈਂ ਕਹਿੰਦਾ ਸਾਡੀ ਜਿੱਤ ਹੈ ਜਿਹੜੇ ਅਸੀਂ ਚੰਡੀਗੜ੍ਹ ਦੇ ਵਿੱਚ ਆ ਗਏ। ਅੱਜ ਜਿਹੜੇ ਮੁੱਦੇ ਨੇ, ਤੁਸੀਂ ਜਿੱਦਾਂ ਤਿੰਨ ਚਾਰ ਜਿਹੜੇ ਰਾਜੇਵਾਲ ਜੀ ਨੇ ਵੀ ਦੱਸਿਆ, ਪਾਣੀ ਨੂੰ ਲੈ ਕੇ, ਹਵਾ ਪ੍ਰਦੂਸ਼ਣ ਨੂੰ ਲੈ ਕੇ, ਉਹ ਵੀ ਕਾਫੀ ਅਹਿਮ ਜਿਹੜੇ ਮੁੱਦੇ। ਪਾਣੀ ਦਾ ਮਸਲਾ ਤਾਂ ਸਾਡਾ ਸੌਖੇ ਸੁਲਝ ਸਕਦਾ ਜੇ ਸਰਕਾਰਾਂ ਸੁਝਾਉਣੀਆਂ ਚਾਹੁਣ, ਜਿਹੜੀ ਮੇਰੀ ਸਮਝ ਹੈ, ਮੇਰੀ ਜਥੇਬੰਦੀ ਸਮਝ ਹੈ। ਮੈਂ ਕਹਿੰਦਾ ਜੇ ਹਰਿਆਣੇ ਨਾਲ ਪਾਣੀ ਦੀ ਵੰਡ ਕਰਨੀ ਹੈ, ਹਰਿਆਣੇ ਕੋਲ ਜ਼ਮੀਨ ਕਿੰਨੀ ਹੈ, ਸਾਡੇ ਕੋਲ ਕਿੰਨੀ ਹੈ, ਕਿੰਨੇ ਕੁ ਹਿੱਸੇ 'ਚ ਪਾਣੀ ਉਹਨਾਂ ਕੋਲ ਹੈ, ਕਿੰਨੇ ਕੁ ਹਿੱਸੇ 'ਚ ਪਾਣੀ ਸਾਡੇ ਕੋਲ ਹੈ, ਠੀਕ ਹੈ ਨਾ ਗੱਲ। ਅਸੀਂ ਮੋਗੇ 'ਚ ਕਿੱਲੇ ਮਗਰ ਕਿੱਲੇ ਨੂੰ ਪਾਣੀ ਦੇ ਦਿੰਦੇ ਹਾਂ, 5 ਕਿਲੋ 5 ਦਾ 20 ਦੇ ਦਿੰਦੇ ਹਾਂ, ਇਹ ਤਰੀਕੇ ਨਾਲ ਪਾਣੀ ਵੰਡਿਆ ਜਾਊ, ਪਾਣੀ ਸਾਨੂੰ ਮਿਲੂਗਾ ਪੰਜਾਬ ਨੂੰ, ਸਮਝ ਲੈ ਉਹਨਾਂ ਕੋਲ ਪਾਣੀ ਜ਼ਿਆਦਾ ਆ ਰਹਿਣੇ ਕੋਲ, ਚਾਹੇ ਸਾਡਾ ਛੋਟਾ ਭਾਈ ਹੈ, ਉਹ ਸਾਨੂੰ ਮਿਲੂਗਾ। ਜਿਹੜਾ ਅਸਲੀ ਮੁੱਦਾ ਸਾਡਾ, ਜਿਹਨੂੰ ਅਸੀਂ ਗਾਹਾਂ ਭਖਾਵਾਂਗੇ ਵੱਡੀ ਪੱਧਰ 'ਤੇ, ਜਿਹੜਾ 37 ਲੱਖ ਕਰੋੜ ਰੁਪਇਆ ਅਸੀਂ ਰਾਜਸਥਾਨ ਤੋਂ ਲੈਣਾ, ਮਤਲਬ ਉਹ ਸਾਡਾ ਇਕੱਲੀ ਸਟੇਟ ਦਾ ਨਹੀਂ ਹੈਗਾ, ਉਹ ਸਾਡਾ ਮੇਰੀ ਸਮਝ ਮੁਤਾਬਕ, ਮੋਰਚੇ ਸਮਝ ਕੋਈ ਹੋਰ ਹੋ ਸਕਦੀ ਹੈਗੀ, ਮਤਲਬ ਹਰਿਆਣੇ ਦਾ, ਪੰਜਾਬ ਦਾ ਅਤੇ ਹਿਮਾਚਲ ਦਾ, ਉਹ ਤਿੰਨਾਂ ਸਟੇਟਾਂ ਦਾ ਪੈਸਾ ਹੈਗਾ, ਤਿੰਨੇ ਰਲ ਕੇ ਲੜਾਂਗੇ, ਤਿੰਨੇ ਦੀਆਂ ਸਰਕਾਰਾਂ ਵਿਧਾਨ ਸਭਾ ਦੇ ਵਿੱਚੋਂ ਮਤੇ ਪਾਉਣ ਵੀ ਸਾਨੂੰ ਪੈਸਾ ਮਿਲਣਾ ਹੈ। ਸਾਨੂੰ ਤਾਂ ਲੋੜ ਹੀ ਨਹੀਂ ਝੋਨਾ ਲਾਉਣ ਦੀ, ਨਾ ਖੇਤੀ ਵਿਭਿੰਨਤਾ ਹੋਜੂਗੀ, ਅਸੀਂ ਤਾਂ ਉਹ ਪੈਸਾ ਨਾਲ ਡੰਗ ਲਏ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਦਾ, ਚਾਹੇ ਸਰਕਾਰ ਕੰਮ 'ਤੇ ਲਾਵੇ, ਚਾਹੇ ਸਾਡੇ 'ਚ ਮੰਡੀ 'ਚ ਜਿਹੜੇ ਦੇਸ਼ 'ਚ ਤੇਲ ਵੇਚਦੇ ਨੇ, ਮਤਲਬ ਉਹ ਤੇਲ ਦੇ ਸਿਰ 'ਤੇ ਕਿਹੜਾ ਝੋਨਾ ਲਾਉਂਦੇ ਰਹੋ, ਉਹ ਸਾਡੇ ਮੂਹਰੇ ਅਮੀਰ ਹੋ ਗਏ। ਜੇ ਅਸੀਂ ਪਾਣੀ ਵੇਚ ਕੇ ਅਮੀਰ ਹੋ ਜਾਂਗੇ, ਫਿਰ ਸਾਨੂੰ ਝੋਨਾ ਲਾਉਣ ਦੀ ਕੀ ਲੋੜ ਹੈਗੀ, ਲੋੜ ਹੀ ਨਹੀਂ ਪੈਣੀ ਕਿਸੇ ਗੱਲ। ਪਰ ਇਹ ਹੁਣ ਰਾਜਸਥਾਨ ਤੋਂ ਅਸੀਂ ਕਹਿੰਦੇ ਨੇ ਵੀ ਰਾਜਸਥਾਨ ਪਾਣੀ ਜਾਂਦਾ ਹੈਗਾ, ਅਸੀਂ ਪੱਥਰ ਦੇ ਮੁੱਲ ਲਿਆਉਂਦੇ ਹਾਂ, ਜੇ ਉਹਨਾਂ ਤੋਂ ਮਤਲਬ ਸਮਝ ਲਈ ਕੋਈ ਚੀਜ਼ ਵੀ ਲਿਆਉਂਦੇ, ਪੋਸਟ ਲਿਆਉਂਦੇ, ਉਹ ਸਾਨੂੰ ਮੁੱਲ ਮਿਲਦਾ ਹੈਗਾ, ਜਦੋਂ ਭਾਰ ਰਾਜਸਥਾਨ 'ਚ ਹੁੰਦਾ ਹੈਗਾ, ਕੋਈ ਚੀਜ਼ ਲਿਆਉਂਦੇ, ਜ਼ਮੀਨ ਖਰੀਦਣਾ ਸਾਨੂੰ ਅਧਿਕਾਰ ਨਹੀਂ, ਜਾਂ ਸਾਨੂੰ ਪੰਜਾਬ ਵਾਲੇ ਜ਼ਮੀਨ ਖਰੀਦਣ ਦਾ ਅਧਿਕਾਰ ਜੇ ਪੰਜਾਬ ਨਾਲ ਬਣਾ ਦੀ ਉਹਨੂੰ, ਮੇਰੀ ਗੱਲ ਸਮਝ ਗਏ, ਸਾਡੀ ਇੱਥੇ ਮਹਿੰਗੀ ਜ਼ਮੀਨ ਵੇਚਦੀ ਹੈ, ਫਿਰ ਜਾ ਕੇ ਅਸੀਂ ਜ਼ਮੀਨ ਲੈ ਗਏ, ਸਾਡੇ ਵਾਸਤੇ ਕੋਈ ਅਧਿਕਾਰ ਨਹੀਂ, ਅਤੇ ਰਾਜਸਥਾਨ ਪਾਣੀ ਸਭ ਤੋਂ ਹੋਰ ਪਾਉਂਦਾ। ਆ ਇੱਕ ਨਵਾਂ ਫਾਰਮੂਲਾ ਮੈਂ ਦੇਖਿਆ, ਭਗਵੰਤ ਕਹਿੰਦਾ ਨਹਿਰ ਕੱਢਾਂਗੇ, ਉਹ ਕਿਸਾਨ ਮੈਨੂੰ ਕੱਲ੍ਹ ਹੀ ਮਿਲ ਕੇ ਗਏ ਨੇ, 15-20 ਕਿਸਾਨ ਆ ਕੇ ਮੇਰੇ ਦਫ਼ਤਰ ਦੇ ਵਿੱਚ, ਉਹ ਕਹਿੰਦੇ ਅਸੀਂ ਮੰਗਦੇ ਨਹੀਂ ਨਹਿਰ, ਨਾ ਨਾ ਨਾ, ਉਹ ਜਿਹੜਾ ਗੰਦਾ ਪਾਣੀ ਇੱਕ ਪਾਸੇ ਦਰਿਆ ਦੇ ਆਉਂਦਾ, ਉਹ ਮੋੜ ਕੇ ਪਾਣੀ ਪਾਉਣਾ, ਉਹਨਾਂ ਨੂੰ 600 ਕਿਸੇ 'ਚ ਪਾਣੀ ਦੀ ਲੋੜ ਹੈ, ਉਹ ਮੋਟਰਾਂ ਨਾਲ ਚੱਕੀ ਜਾਂਦੇ ਨੇ, ਭਗਵੰਤ ਨੇ ਕਹਿੰਦਾ ਤੁਸੀਂ ਬਿੱਲ ਮਾਫ਼ ਕਰ ਦੂੰ, ਹਜੇ ਉਹਨਾਂ ਨੂੰ ਬਿੱਲ ਆਈ ਜਾਂਦੇ ਨੇ, ਇਹ ਵੀ ਇੱਕ ਮੰਗ ਹੈਗੀ, ਉਹ ਵੀ ਅਸੀਂ ਮੰਗ ਪੱਤਰ ਮੈਂ ਲੈ ਕੇ ਆਇਆ ਉਹਨਾਂ ਦਾ, ਮਤਲਬ ਦੇਵਾਂਗੇ, ਉਦੇਰ ਕਹਿਤਾ ਸੀ ਸਾਡੀ ਮੀਟਿੰਗ 'ਚ ਮਾਫ਼, ਪਰ ਹਜੇ ਤੱਕ ਉਹ ਮਾਫ਼ ਵਾਲੀ ਫਾਈਲ ਪਤਾ ਨਹੀਂ ਕਿੱਥੇ ਖੜੀ ਹੈ, ਕਿਸਾਨਾਂ ਨੂੰ ਮਿਲ ਜਾਈ ਜਾਂਦੇ, ਇੰਪਲੀਮੈਂਟੇਸ਼ਨ ਜਿਹੜਾ ਹੈਗਾ ਹਜੇ ਨਹੀਂ ਹੋਇਆ, ਨਹੀਂ ਹੋਇਆ, ਕਿਸਾਨਾਂ ਜਿੱਦੇ ਬਿੱਲ ਆਉਣੇ ਬੰਦ ਹੋ ਗਏ, ਕਿਸਾਨਾਂ ਨੂੰ ਘਰੇ ਮਤਲਬ ਪੱਤਰ ਆਉਣੇ ਹਟ ਗਏ, ਫਿਰ ਸਮਝ ਲੱਗੋਗੇ, ਹਜੇ ਲਮਕੀ ਜਾਂਦੀ ਹੈ ਗੱਲ, ਉਹ ਵੀ ਅੱਜ ਮੰਗ ਪੱਤਰ ਵਿੱਚ ਦੇਵਾਂਗੇ, ਮੇਰਾ ਕਹਿਣਾ ਮੇਰੀ ਗੱਲ, ਉਹ ਕਹਿ ਕੇ ਗਏ ਨੇ ਸਾਨੂੰ ਨਹਿਰ ਦੀ ਕੋਈ ਲੋੜ ਨਹੀਂ, 600 ਕਿਸੇ 'ਚ ਪਾਣੀ, ਇਹ 2100 ਕਿਸੇ ਦਾ ਕੱਢੂਗਾ, ਰਾਜਸਥਾਨ ਨੂੰ ਪਾਣੀ ਹੋਰ ਦੇਊਗਾ, ਇਹ ਚਾਲ ਹੈ ਇਹਨਾਂ ਦੀ, ਪਹਿਲਾਂ ਰਾਜਸਥਾਨ ਨੂੰ ਜਾਂਦੇ, ਉਹ ਸਾਡੇ ਕੋਲ ਤਾਂ 600 ਕਿਸੇ 'ਚ ਪਾਣੀ ਲੱਗੂ ਉਸ ਇਲਾਕੇ ਦੇ ਵਿੱਚ, ਉਹ ਸਾਡੇ ਲੱਗੀ ਜਾਂਦਾ, ਹੋਰ ਨਹਿਰ ਕੱਢਣ ਦੀ ਕੀ ਲੋੜ ਹੈਗੀ, ਸਰਾਸਰ ਗਲਤ ਕੰਮ ਹੈਗਾ, ਪਾਣੀ ਵੀ ਇੱਧਰ ਗੰਦਾ ਮੋੜਨਗੇ ਪੰਜਾਬ ਦੇ ਲੋਕਾਂ ਵਾਸਤੇ, ਜਿਹੜਾ ਗੰਦੇ ਇਹਦਾ ਬੁੱਢੇ ਨਾਲ ਦਾ ਪਾਣੀ ਇੱਕ ਪਾਸੇ ਦੀ ਆਉਂਦਾ, ਉਹ ਇੱਧਰ ਮੋੜ ਦੇਣਾ ਹੈਗਾ, ਅਸੀਂ ਸਾਨੂੰ ਉਸ ਇਲਾਕੇ ਦੇ ਲੋਕ ਮੈਨੂੰ ਕਹਿ ਕੇ ਗਏ ਨੇ ਵੀ ਪ੍ਰਧਾਨ ਜੀ ਬੋਲਣ 'ਚ ਵੀ ਕਹੀਂ ਕੋਈ ਨਹੀਂ, ਨਹਿਰ ਹੀ ਨਹੀਂ ਚਾਹੀਦੀ ਸਾਨੂੰ, ਸਾਡਾ ਪਾਣੀ ਜਿਸ ਮੋਟਰ ਨਾਲ ਇੰਨਾ ਲਿਆਈ ਜਾਣਾ, ਸਾਡਾ ਮੋਟਰ ਨਾਲ ਬਿੱਲ ਮਾਫ਼ ਕਰ ਦਿਓ।